वेलकम टू माई यूट्यूब चैनल। अज आपां दूजी वीडियो शूट करन जा रहे हैं। आपां जैन पहला भी की है शूट, यह पार्ट वन दे विच वीडियो फ्लैश करांगा, उपर देख लियो पार्ट वन दे विच जाके की मॉडिफिकेशन हुई हुई सी। वो पहला रिसेंटली वीडियो जी अपलोड की यूट्यूब तो उत्थे जाके देख सकते हो तुसीं, क्लिक बटन ते लिंक शेयर करांगा। तो सैकेंडली हुण आपां ये वीडियो शूट करनी है, ये मॉडिफिकेशन थोड़ी जी अपग्रेड करवाई है, तो की ये अपग्रेड करवाया वो आपां जो गड्डी दे ऑनर ने मिस्टर कन्नू नाल गल करांगे आपां, की मॉडिफिकेशन हुई हुई ने। हाँ जी वीर, की हाल है? बहुत बढ़िया बढ़िया, तुम हाँ सुनाओ। जी वीरे, आपां पहलां भी जिवें कि तुहानूं पता ही है, आपां पहलां गड्डी शूट की अपनी, गड्डी दे विच की आपां कवर किया सी, ते हुण की आपां अपग्रेड किया वो साडे व्यूअर्स नूं दस्सो कि की अपग्रेड करवाया, कित्थों करवाया, किन्नी टोटल कॉस्ट लगी सी। ओके, एक ओवरलुक दिंदे आ तुहानूं, इन्हां ने जो प्रोजैक्टर सिस्टम अपना इंस्टॉल करवाया हैडलाइटां दे विच, ये प्रोजैक्टर सिस्टम मतलब के जैन कार दी है जां किसी होर कार तों अपग्रेड करवाया होया? ओके, आस्था i20 मॉडल का प्रोजेक्टर कढ़वा के तुसीं इहदे विच लगवाया, किन्नी कॉस्ट आ गई सी वीरे सारी इहदी? ए भाजी 4000 आपां ले लईए। ओके, बाकी इहदे अंदर आपां HID पाई आ। HID दी किन्नी कॉस्ट आ गई सी वीरे? ਇਹ ਕਿੱਥੋਂ ਲਈਆਂ ਸੀ ਵੀਰੇ ਲਾਈਟਾਂ ਤੁਸੀਂ ਜਿਹੜੀਆਂ ਇਹਦੇ ਵਿੱਚ ਪਵਾਈਆਂ ਨੇ? ਵੀਰੇ ਜਲੰਧਰ ਤੋਂ ਲਈਆਂ ਆਪਾਂ। ਓਕੇ, ਜਿਹੜੀਆਂ ਪ੍ਰੋਜੈਕਟਰ ਵੀ ਤੇ HID। ਓਕੇ, ਕਿੰਨੀ ਕਾਸਟ ਆ ਗਈ ਸੀ ਟੋਟਲ ਇਹਨਾਂ ਦੀ? ਇਹ ਪ੍ਰੋਜੈਕਟਰ 4000 ਦੇ ਤੇ ਜਿਹੜੀ ਉਹ HID ਉਹ 4500। HID ਕਿੰਨੇ ਵਾਟ ਦੀ ਆ? 65 ਵਾਟ। 65 ਵਾਟ ਕਿੱਥੋਂ ਕਰਵਾਇਆ ਤੁਸੀਂ HID ਦਾ ਸਿਸਟਮ? ਇਹ ਮੇਰਾ ਬ੍ਰਦਰ ਹੀ ਆ, ਉਹਨੇ ਕੀਤਾ। ਓਕੇ ਓਕੇ ਓਕੇ, ਸੋ ਇਹਨਾਂ ਨੇ 4500 ਰੁਪਏ ਦੇ HID ਪਵਾਈਆਂ ਸੀ, 4000 ਦਾ ਖਰਚਾ ਆ ਗਿਆ ਸੀਗਾ। ਤੇ ਹੁਣ ਇੱਕ ਓਵਰਲੁੱਕ ਲਵਾਂਗੇ ਗੱਡੀ ਦੇ, ਤੇ ਨੀਚੇ ਜਿਹੜੇ ਫੌਗ ਲੈਂਪ ਮੈਂ ਸਕਿਪ ਕਰ ਗਿਆ ਸੀ, ਫੌਗ ਲੈਂਪ ਤੁਸੀਂ ਕਿਹੜੀ ਗੱਡੀ ਦੇ ਕਰਵਾਇਆ? ਕਿਹੜੀ ਗੱਡੀ ਦੇ ਕਰਵਾਇਆ ਫੌਗ ਲੈਂਪ? ਸਵਿਫਟ ਕਾਰ ਦੇ ਇਹਨਾਂ ਨੇ ਫੌਗ ਲੈਂਪ ਕਰਵਾਇਆ। ਇਹ ਕਿੰਨੀ ਕਾਸਟ ਆ ਗਈ ਸੀਗੀ? ਸਾਢੇ ਸੱਤ ਸੌ ਮਤਲਬ ਟੋਟਲ 1500 ਰੁਪਏ ਦਾ ਖਰਚ ਆ ਗਿਆ ਸੀ। ਤੇ ਫਰੰਟ ਦੇ ਵਿੱਚ ਕੁਛ ਹੋਰ ਚੇਂਜਸ? ਓਕੇ, ਸੋ ਆ ਜਿੱਦਾਂ ਕਿ ਤੁਹਾਨੂੰ ਆਪਾਂ ਫਾਸਟ ਦੀ ਓਵਰਲੁੱਕ ਜਿਹੜੀ ਫਰੰਟ ਤੋਂ ਆ ਉਹ ਕੀਤੀ ਆ, ਤੇ ਹੁਣ ਆਪਾਂ ਇੱਕ ਵਾਰੀ ਇਹਦੀ ਰੋਸ਼ਨੀ ਦੇਖਦੇ ਹਾਂ ਪ੍ਰੋਜੈਕਟਰ ਦੀ ਕਿੰਨੀ ਕਾ, ਓਵਰਲੁੱਕ ਲਵਾਂਗੇ, ਚਲਾ ਕੇ ਦਿਖਾ ਦਊ ਵੀਰੇ ਇੱਕ ਵਾਰੀ। ਤੁਸੀਂ ਓਵਰਲੁੱਕ ਦੇਖ ਲਈ, ਇੱਕ ਫਾਈਨਲ ਤੋਂ ਵੀਡੀਓ ਦੇਖਾਂਗੇ ਕੈਚ ਕਰਨ ਦੀ ਨਾਈਟ ਦੇ ਵਿੱਚ ਜੋ ਇਹਨਾਂ ਨੇ ਬਣਾਈ ਹੋਊਗੀ ਲਾਈਟਾਂ ਦੀ ਕਿੰਨੀ ਕੁ ਰੋਸ਼ਨੀ ਆ ਉਹ ਦੇਖਾਂਗੇ। ਤੇ ਇੱਕ ਵਾਰ ਤੁਹਾਨੂੰ ਦੱਸ ਦਾਂ ਕਿ 15 ਇੰਚ ਜੋ ਲਾਈਵ ਵੀਲ ਗੱਡੀ ਦੇ ਵਿੱਚ ਯੂਜ਼ ਹੋ ਰਹੇ ਨੇ 15 ਇੰਚ ਦੇ, ਤੇ 22 ਨੂੰ ਕੰਫਰਟ ਪੁੱਛਦਾ ਬਈ 15 ਇੰਚ ਦੇ ਨਾਲ ਕੋਈ ਕੰਫਰਟ ਦੇ ਵਿੱਚ ਲੈਸ ਹੋਇਆ ਕੋਈ ਐਵਰੇਜ ਦੇ ਵਿੱਚ ਡਿਡਕਸ਼ਨ? ਐਵਰੇਜ ਤਾਂ ਬਈ ਇੰਨੇ ਹੀ 15 ਇੰਚ ਪਾਉਣੇ, ਉਹਨੇ ਹੀ ਐਵਰੇਜ ਨਹੀਂ ਦੇਖਣੀ। ਠੀਕ ਹੈ ਜੀ, ਕੋਈ ਮਤਲਬ ਕਿ ਕੋਈ ਉਹ ਨਹੀਂ ਹੋਇਆ ਐਵਰੇਜ ਦੇ ਵਿੱਚ? ਐਵਰੇਜ ਨੋਟ ਨਹੀਂ ਕੀਤੀ ਆਪਾਂ, ਕਈ ਵਾਰ ਸਾਨੂੰ ਕਮੈਂਟ ਕਰਕੇ ਪੁੱਛ ਦਿੰਦੇ ਆ ਯੂਟਿਊਬਰ ਵੀਵਰਸ ਕੇ ਐਵਰੇਜ ਦੇ ਵਿੱਚ ਕੁਝ ਫਰਕ ਪਿਆ ਜਾਂ ਕੰਫਰਟ ਜ਼ੋਨ ਦੇ ਵਿੱਚ ਜਾਂ ਕੋਈ ਫੈਂਡਰ ਲਾਈਨ ਕਟਵਾਈ ਆ ਤੁਸੀਂ, ਉਦਾਂ ਦਾ ਕੁਝ ਤੁਸੀਂ ਸੈਟਿੰਗ ਕੀਤੀ ਆ ਇਹਦੇ ਵਿੱਚ? 15 ਇੰਚ ਹੀ ਪਾਉਣੀ ਦਾ ਫੈਂਡਰ ਲਾਈਨ ਤਾਂ ਕੱਟ ਪਾਉਣੀ ਹੈ ਇਹਦੇ ਵਿੱਚ। ਓਕੇ, ਇਹਦੇ ਵਿੱਚ ਸਪੇਸ ਹੈ ਨਹੀਂਗੀ। ਠੀਕ ਹੈ, ਤੇ ਫਿਰ ਸਪੇਸਰ ਪਿਆ। ਇਹ ਡਾਇਰੈਕਟ ਫਿਟਮੈਂਟ ਕੀਤੀ ਹੋਣੀ ਇਹਦੀ ਜਾਂ ਕੁਝ ਸਪੇਸਰ ਯੂਜ਼ ਕੀਤੇ ਨੇ? ਸਪੇਸਰ ਯੂਜ਼ ਕੀਤੇ ਨੇ, ਬੈਟਰ ਇਨਫੋਰਮੇਸ਼ਨ ਫਸਟ ਵੀਡੀਓ ਦੇ ਵਿੱਚ ਹੈਗੀ ਆ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਤੇ ਹੁਣ ਜੋ ਅਨਦਰ ਮੋਡੀਫਿਕੇਸ਼ਨ ਇਹਨਾਂ ਨੇ ਅਪਗ੍ਰੇਡ ਕਰਵਾਈ ਆ, ਉਹ 뮤직 ਦੇ ਵਿੱਚ ਅਪਗ੍ਰੇਡ ਕਰਵਾਈ ਆ, ਤੇ ਅੰਡਰ ਚਾਸੀ ਲਾਈਟਸ ਵੀ ਲਗਵਾਈਆਂ ਨੇ, ਉਹ ਇਹਨਾਂ ਤੋਂ ਓਵਰਲੁੱਕ ਦੀ ਵੀਡੀਓ ਲੈ ਲਾਂਗੇ ਆਪਾਂ ਤੇ ਉਹ ਵਿੱਚ ਅਟੈਚ ਕਰ ਦਾਂਗੇ ਵੀਡੀਓ। ਤੇ ਹੁਣ ਆਪਾਂ ਚੱਲਦੇ ਆ ਜੋ ਅਨਦਰ ਮੋਡੀਫਿਕੇਸ਼ਨ ਆ ਇਹਨਾਂ ਨੇ ਅੰਦਰ ਕਰਵਾਈ ਆ, DSP ਡਿਜੀਟਲ ਸਾਊਂਡ ਪ੍ਰੋਸੈਸਰ ਲਗਵਾਇਆ। ਮਾਡਲ ਨੰਬਰ ਇਹਨਾਂ ਤੋਂ ਪੁੱਛਦੇ ਆ, ਕਿੰਨਾ ਮਾਡਲ ਨੰਬਰ ਆ ਵੀਰ DSP ਦਾ? 86B ਆ, 올ਡ ਸਕੂਲ ਦਾ ਹੈ। 8620 ਜੋ ਪਾਇਨੀਅਰ ਦਾ ਇਹਨਾਂ ਲਗਵਾਇਆ ਹੋਇਆ, 올ਡ ਸਕੂਲ ਪਾਇਨੀਅਰ 올ਡ ਸਕੂਲ ਦਾ ਹੈਗਾ ਇਹ ਮਾਡਲ। ਤੇ ਕਿੱਥੋਂ ਲਿਆ ਵੀਰੇ ਇਹ? ਇਹ ਵੀਰੇ ਮੈਂ ਆਪਣੀ ਮੁੰਡਾ ਸੀਗਾ ਸਮਰਾ ਕੁਛ ਉਹਦਾ ਨਾਮ ਆ ਇਦਾਂ, ਉਹ ਸੀਗਾ ਹਰਿਆਣੇ ਜੱਟਾਂ ਦਾ। ਓਕੇ, ਇਹ ਪਿੱਕੇ ਚ ਲੱਗਾ ਸੀਗਾ। ਠੀਕ ਹੈ, ਉਹਦੇ ਕੋਲੋਂ ਮੈਂ ਲਿਆ। ਕਿੰਨੀ ਕਾਸਟ ਦੀ ਮਿਲ ਗਈ ਤੁਹਾਨੂੰ? ਨਹੀਂ ਭਾਈ 32000 ਦਾ ਲਿਆ। 32000 ਦਾ, ਕੋਈ ਦਿੱਕਤ ਤਾਂ ਨਹੀਂ ਹੈਗੀ ਪੁਰਾਣੇ ਦੇ ਵਿੱਚ? ਨਹੀਂ ਭਾਈ, ਨਵਾਂ ਤਾਂ ਡਿਸਕੰਟੀਨਿਊ ਹੋ ਚੁੱਕਿਆ। ਓਕੇ, ਸੋ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ 86B ਪਾਇਨੀਅਰ 올ਡ ਸਕੂਲ ਦਾ ਮਾਡਲ ਆ, ਤੇ ਇਹਨਾਂ ਨੇ 32000 ਦਾ ਪਰਚੇਜ਼ ਕੀਤਾ ਆ ਕਿਸੇ ਇਹਨਾਂ ਦੇ ਨੋਨ ਦੇ ਤੋਂ। ਤੇ ਆਪਾਂ ਵੀਡੀਓ ਵੀ ਸੁਣਾਂਗੇ, NCS ਦਾ ਮਿਊਜ਼ਿਕ ਲਾ ਕੇ ਵੀ ਦੇਖਾਂਗੇ, ਤੇ ਪੰਜਾਬੀ ਐਜ਼ ਅ ਸੈਡ ਮਾਨ ਅੰਡਰਸਕੋਰ ਕ੍ਰੀਏਟਰਸ 1 ਤੇ ਮੈਂ ਅਪਲੋਡ ਕਰਾਂਗਾ। ਪੇਜ ਨੂੰ ਫੋਲੋ ਕਰਿਓ, ਸ਼ੇਅਰ ਕਰਿਓ, ਜੇ ਵੀਡੀਓ ਵੀ ਵਧੀਆ ਲੱਗੀ ਤਾਂ ਜ਼ਰੂਰ ਅੱਗੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੇ ਹੁਣ ਆਪਾਂ ਮਿਊਜ਼ਿਕ ਦੇ ਵਿੱਚ ਅੱਗੇ ਚੱਲਦੇ ਹਾਂ, ਜੋ ਇਹਨਾਂ ਨੇ ਡਿੱਗੀ ਦੇ ਵਿੱਚ, ਹਾਂਜੀ, ਤੇ ਇੱਕ ਇਹਨਾਂ ਨੇ ਲੋਗੋ ਦੇ ਵਿੱਚ ਵੀ ਲਾਈਟਸ ਲਗਵਾਈਆਂ ਹੋਈਆਂ ਨੇ ਜਿੱਦਾਂ ਤੁਸੀਂ ਦੇਖ ਸਕਦੇ ਹੋ।
ਇਹ ਤੁਸੀਂ ਕਿੱਥੋਂ ਕਰਵਾਇਆ ਬ੍ਰਦਰ? ਇਹ ਭਾਜੀ ਆਪਣੇ ਹਦੀਆਬਾਦ ਦਾ ਮੁੰਡਾ ਭੂਸ਼ਣ, ਅੱਛਾ ਜੀ, ਤੇ ਇਹ ਉਹਦੇ ਕੋਲੋਂ ਕਰਵਾਇਆ। ਉਹ ਇਹਦੀ ਕਿੰਨੀ ਕਾਸਟ ਆ ਗਈ ਸੀਗੀ? ਇਹ ਭਾਜੀ ਆਪਾਂ ਨੂੰ 400 ਦਾ ਪਿਆ ਸੀ, ਆਪਣਾ ਫਰੈਂਡ ਹੀ ਆ, 400 ਰੁਪਏ ਦਾ। ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਕੰਨੂ ਤੋਂ ਐਡਰੈਸ ਲੈ ਲੈਂਦੇ ਹਾਂ ਅਸੀਂ, ਤੁਸੀਂ ਕਰਵਾ ਸਕਦੇ ਹੋ। ਤੇ ਐਡਰੈਸ ਵੀ ਇਹ ਦੱਸ ਦਿੰਦਾ ਵੀਰ, ਕਿੱਥੋਂ ਕਰਵਾਇਆ ਸੀ? ਆਪਣੇ ਇੱਥੇ ਲੋਕਲ ਫੁਮਾੜੇ ਤੋਂ ਕਰਵਾਇਆ ਸੀ। ਲੋਕਲ ਹਦੀਆਬਾਦ ਦਾ ਮੁੰਡਾ, ਓਕੇ, ਤੇ ਚੌਂਕ 'ਚ ਦੁਕਾਨ ਆ ਉਹਦੀ। ਠੀਕ ਹੈ, ਉੱਥੋਂ 400 ਦਾ ਖਰਚਾ ਇਹਨਾਂ ਦਾ, ਕਹਿਣਾ ਕਿ ਆ ਗਿਆ ਸੀਗਾ। ਤੇ ਹੁਣ JBL ਦਾ ਬੂਫਰ ਤੁਸੀਂ ਪਹਿਲਾਂ ਦੇਖ ਲਿਆ, ਡਿਊਲ ਬੂਫਰ ਲੱਗੇ ਹੋਏ ਨੇ, ਠੀਕ ਹੈ। ਤੇ ਉਸ ਤੋਂ ਬਾਅਦ ਇਹਨਾਂ ਨੇ ਓਵਨ ਸਪੀਕਰ ਨੇ ਜਿਹੜੇ ਉਹ ਇੰਸਟਾਲ ਕਰਵਾਏ ਨੇ, 4 ਪੇਟੀ ਨਾਲ ਅਟੈਚ ਕਰਕੇ। ਤੇ ਇਹਨਾਂ ਦੀ ਆਊਟਪੁੱਟ ਵੀ ਸੁਣਾਂਗੇ, ਤੇ ਪਹਿਲਾਂ ਆਪਾਂ ਪੁੱਛਾਂਗੇ ਇਹਦਾ ਕਿੰਨਾ ਖਰਚਾ ਆ ਗਿਆ ਸੀਗਾ। ਸਾਰਾ ਸਿਸਟਮ ਕੱਲਾ ਜਿਹੜਾ ਆਪਾਂ ਬਾਅਦ ਚ ਮੋਡੀਫਿਕੇਸ਼ਨ ਕਰਵਾਏ, ਤੇ ਸਾਰਾ ਟੋਟਲ ਸਾਨੂੰ ਬਾਅਦ ਚ ਦੱਸ ਦਿਓ। ਤੇ ਪੇਟੀ ਦਾ 2000 ਰੁਪਈਆ ਲੱਗਾ, ਤੇ ਬੂਫ ਸਪੀਕਰ 3000 ਦੇ ਆ। 3000 ਦੇ ਸਪੀਕਰ, 2000, ਇੱਕ 3000 ਦਾ ਸਪੀਕਰ, ਇੱਕ ਸੈੱਟ, ਇੱਕ ਸੈੱਟ, ਮਤਲਬ 6000 ਦੇ 2 ਸੈੱਟ ਹੋ ਗਏ ਸੀਗੇ। ਠੀਕ ਹੈ, ਤੇ ਹੁਣ ਆਪਾਂ ਆਊਟਪੁੱਟ ਸੁਣਦੇ, ਤੇ ਟੋਟਲ 뮤직 ਤੇ ਤੁਹਾਡਾ ਹੁਣ ਤੱਕ ਕਿੰਨਾ ਖਰਚ ਆ ਗਿਆ 뮤직 ਸਿਸਟਮ ਤੇ? ਤਾਂ ਕਦੇ ਉਹ ਨਹੀਂ ਕੀਤਾ, ਕਾਊਂਟ ਨਹੀਂ ਕੀਤਾ, ਫਿਰ ਵੀ ਕੁਝ ਐਸਟੀਮੇਟ ਐਸਟੀਮੇਟ ਤਾਂ ਆਈ ਗਿਆ 50-60 ਹਜ਼ਾਰ। 50-60 ਹਜ਼ਾਰ, 32 ਹਜ਼ਾਰ ਤੁਹਾਡਾ DSP ਹੋ ਗਿਆ ਵਿੱਚ, ਉਹ ਤੋਂ ਬਿਨਾਂ ਜਾਂ ਉਹਨੂੰ ਇਨਕਲੂਡ ਕਰਕੇ? ਬਿਨਾਂ, ਉਹ ਤੋਂ ਬਿਨਾਂ। ਠੀਕ ਹੈ, ਤੋ 1 ਲੱਖ ਰੁਪਈਆ ਕਹਿ ਸਕਦੇ ਕਿ 1 ਲੱਖ ਰੁਪਈਏ ਦਾ ਇਹਨਾਂ ਦਾ ਕੰਮ ਜੋ ਮੋਡੀਫਿਕੇਸ਼ਨ 'ਚ ਹੋਇਆ ਹੋਇਆ। ਤੇ ਹੁਣ ਟਾਈਮ NCS ਦਾ ਮਿਊਜ਼ਿਕ ਲਾ ਕੇ ਸੁਣਨ ਦਾ, ਆਪਾਂ ਸੁਣਦੇ ਹਾਂ ਆਊਟਪੁੱਟ NCS ਮਿਊਜ਼ਿਕ ਦੀ, ਤੇ ਪੰਜਾਬੀ ਦਾ ਵਰਜ਼ਨ ਐਜ਼ ਆਈ ਸੈਡ ਕਿ ਮੈਂ ਆਪਣੇ ਇੰਸਟਾਗ੍ਰਾਮ ਪੇਜ ਤੇ man_creators1 ਤੇ ਪਾਵਾਂਗਾ। ਜਾ ਕੇ ਆਈਡੀ ਨੂੰ ਸ਼ੇਅਰ ਕਰਿਓ, ਫੋਲੋ ਕਰਿਓ, ਆ ਜਾਓ। ਛੱਤ ਹੁਣ ਕਰਵਾਈਏ, ਪਹਿਲੇ ਕਰਾ ਦੀ ਸੀ, ਐਗਜ਼ੌਸਟ ਰਹਿ ਗਿਆ, ਐਗਜ਼ੌਸਟ ਵੀ ਕਰ ਲਾਂਦੇ ਬਾਅਦ ਚੋਂ। ਮੇਰੀ ਗੱਲ ਸੁਣੋ, ਛੱਤ ਹੁਣ ਕਰਾਈਏ, ਪਹਿਲੇ ਕਰਾਈ ਸੀ? ਵੈਸੇ ਤਾਂ ਡਿਸਕੰਟੀਨਿਊ ਹੋ ਗਏ ਸਾਰੇ ਮਾਡਲ ਜਿੰਨੇ ਵੀ ਆ ਰਹੇ ਸੀ DSP ਦੇ, ਬਟ ਇਹਨਾਂ ਨੇ ਕਿਤੋਂ ਅਰੇਂਜ ਕੀਤਾ ਕਿਉਂਕਿ ਇਹਨਾਂ ਨੂੰ ਸ਼ੌਂਕ ਸੀਗਾ, ਬਹੁਤ ਵਧੀਆ ਆਊਟਪੁੱਟ ਸੀਗੀ। ਤੇ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਕਿੱਦਾਂ ਦੀ ਆਊਟਪੁੱਟ ਲੱਗੀ ਆ। ਤੇ ਹੁਣ ਵੀਡੀਓ ਦਾ ਲੱਗਿਆ ਐਂਡ ਕਰਨ, ਕੋਈ ਨਵੀਂ ਮੋਡੀਫਿਕੇਸ਼ਨ? ਨਵੀਂ ਮੋਡੀਫਿਕੇਸ਼ਨ ਹਜੇ ਚੱਲ ਰਿਹਾ ਪਲਾਨ। ਅੱਛਾ, ਕੀ ਕਰਵਾਉਣਾ? ਸਰਪ੍ਰਾਈਜ਼ ਦਵਾਂਗੇ, ਸਰਪ੍ਰਾਈਜ਼ ਹੋਊਗੀ ਅਗਲੀ ਵੀਡੀਓ ਕਹਿੰਦੇ। ਤੇ ਉਹਦੇ ਵਿੱਚ ਦੇਖਦੇ ਆ ਕੀ ਕਰਵਾਉਂਦੇ ਆ, ਸ਼ਾਇਦ 18 ਇੰਚ ਲਾਈਵ ਪਾਉਣੇ ਹੋਣਗੇ ਇਹਨਾਂ ਨੇ, ਹੁਣ ਜਨ 18 ਇੰਚ ਪੈਣਗੇ। 18 ਇੰਚ ਤਾਂ ਨਹੀਂ, ਸੋਲਾਂ ਪੈ ਸਕਦੇ ਨੇ, ਪਰ 18 ਇੰਚ ਨਹੀਂ ਪੈਣਗੇ। ਚਲੋ ਦੇਖਦੇ ਹਾਂ ਨਵੀਂ ਵੀਡੀਓ, ਜਦ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਸ਼ੇਅਰ ਕਰ ਦਿਓ। ਥੈਂਕ ਯੂ।